ਦੇਸ਼ ਤਕਸੀਮ ਤੋਂ ਬਾਅਦ ਫਾਜ਼ਿਲਕਾ ਦੇ ਐਮਐਲਏ ਬਾਰੇ ਤਾਂ ਤੁਸੀਂ ਜਾਣਦੇ ਹੋ ਪਰ ਦੇਸ਼ ਤਕਸੀਮ ਤੋਂ ਪਹਿਲਾਂ ਵੀ ਤਾਂ ਵੋਟਾਪੋਲ ਹੁੰਦੀਆਂ ਸਨ ਤਾਂ ਉਸ ਵੇਲੇ ਕੌਣ ਸਨ ਫਾਜ਼ਿਲਕਾ ਦੇ ਪਹਿਲੇ ਐਮਐਲਏ ਆਓ ਜਾਣਦੇ ਹਾਂ ਇਸ ਬਾਰੇ ਇਸ ਤਕਸੀਮ ਤੋਂ ਪਹਿਲਾਂ ਵੀ ਫਾਜ਼ਿਲਕਾ ਵਿਧਾਨ ਸਭਾ ਸੀਟ ਸੀ ਅੱਜ ਤਾਂ ਆਬੋਹਰ ਬੱਲਵਾਨਾ ਤੇ ਲੰਬੀ ਹਲਕਾ ਅਲੱਗ ਨੇ ਪਰ ਉਸ ਵਕਤ ਇਹ ਤਿੰਨੇ ਹਲਕੇ ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਅੰਡਰਸਨ ਵੰਡ ਤੋਂ ਪਹਿਲਾਂ ਇੱਥੋਂ ਦੇ 2 ਐਮਐਲਏ ਬਣੇ ਇਹਨਾਂ ਵਿੱਚੋਂ ਇੱਕ ਦੀ ਰਿਹائش ਮੌਜੂਦਾ ਤਹਿਸੀਲ ਮਲੋਟ ਦੇ ਇੱਕ ਪਿੰਡ ਦੀ ਸੀ ਤੇ ਦੂਜੇ ਦੀ ਰਿਹائش ਆਬਹੁਰਸੀ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਫਾਜ਼ਿਲ ਕਾਦੇ ਪਹਿਲੇ ਐਮਐਲਏ ਜਿਹੜੇ ਸਨ ਉਹ ਪਹਿਲਾਂ ਪੰਜਾਬ ਸੰਸਦ ਮੈਂਬਰ ਵੀ ਰਹੇ ਸਨ ਭਾਵੇਂ ਉਹਨਾਂ ਨੂੰ ਫਾਜ਼ਿਲ ਕਾਦੇ ਪਹਿਲੇ ਐਮਐਲਏ ਦਾ ਖਿਤਾਬ ਮਿਲਿਆ ਪਰ ਇਸ ਤੋਂ ਪਹਿਲਾਂ ਵੀ ਉਹ ਪੰਜਾਬ ਦੀ ਇੱਕ ਸੀਟ ਤੋਂ ਪੰਜਾਬ ਵਿਧਾਨ ਪਰਿਸ਼ਦ ਦੇ ਮੈਂਬਰ ਵੀ ਰਹੇ ਚੁੱਕੇ ਸਨ ਹਾਜ਼ਿਲ ਕਾਦੇ ਪਹਿਲੇ ਐਮਐਲਏ ਦੀ ਗੱਲ ਕਰੀਏ ਪਰ ਉਸ ਤੋਂ ਪਹਿਲਾਂ ਇਹ ਜਾਨਣਾ ਵੀ ਬਹੁਤ ਰੋਚਕ ਹੈ ਕਿ ਉਸ ਵਕਤ ਵੋਟਾਂ ਪੋਲ ਕਿਵੇਂ ਹੁੰਦੀਆਂ ਸਨ ਅੱਜ ਕੱਲ ਤਾਂ ਚੋਣਾ ਈਵੀਐਮ ਮਸ਼ੀਨ ਦਾ ਬਟਨ ਦਬਾਉਣ ਨਾਲ ਹੁੰਦੀਆਂ ਨੇ ਇਸ ਤੋਂ ਪਹਿਲਾਂ ਬੈਲਟ ਪੇਪਰ ਹੁੰਦਾ ਸੀ ਜਿਸ ਤੇ ਮੋਹਰ ਲਾ ਕੇ ਵੋਟ ਪਾਈ ਜਾਂਦੀ ਸੀ ਆਮ ਤੌਰ ਤੇ ਚੋਣਾ ਸਰਕਾਰੀ ਦਫ਼ਤਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਾਂ ਫਿਰ ਪ੍ਰਾਈਵੇਟ ਵੱਡੇ ਆਦਾਰਿਆਂ ਦੀਆਂ ਇਮਾਰਤਾਂ ਵਿੱਚ ਹੁੰਦੀਆਂ ਨੇ ਪਰ ਉਸ ਵਕਤ ਵੋਟਾਪੋਲ ਕਿੱਥੇ ਹੁੰਦਿਆ ਸਨ ਜਾਣਦੇ ਹਾਂ ਅੱਗੇ ਉਹ ਵੀ ਇੱਕ ਵਕਤ ਸੀ ਜਦੋਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਬਹੁਤ ਘੱਟ ਸਨ ਤੇ ਸਰਕਾਰੀ ਦਫਤਰ ਵੀ ਗੱਟ ਸਨ ਤੇ ਨਾ ਹੀ ईवीएम ਮਸ਼ੀਨਾਂ ਨਾਲ ਵੋਟ ਪੋਲ ਹੁੰਦੀ ਸੀ ਉਸ ਵਕਤ ਵੋਟਾਂ ਪੋਲ ਹੁੰਦੀਆਂ ਸਨ ਇੱਕ ਪਰਚੀ ਦੇ ਨਾਲ ਜਿਵੇਂ ਪਹਿਲੇ ਬੈਲਟ ਪੇਪਰ ਨਾਲ ਪੋਲ ਹੁੰਦੀ ਆ ਸੀ ਬੈਲਟ ਪੇਪਰ ਤੇ ਤਾਂ ਚੋਣ ਨਿਸ਼ਾਨ ਬਣਿਆ ਹੁੰਦਾ ਸੀ ਨਾ ਪਰ ਜੋ ਵੋਟਾਂ ਪਹਿਲਾਂ ਪੋਲ ਹੁੰਦੀਆਂ ਸਨ ਉਹਨਾਂ ਤੇ ਚੋਣ ਨਿਸ਼ਾਨ ਨਹੀਂ ਹੁੰਦਾ ਸੀ ਆ ਫਿਰ ਵੋਟਾ ਪੋਲ ਹੁੰਦੇ ਕਿਵੇਂ ਸਨ ਦਰਅਸਲ ਉਸ ਵਕਤ ਜੋ ਵੋਟਾ ਪੋਲ ਹੁੰਦੇ ਅਸਨ ਉਹ ਇੱਕ ਸਾਦੇ ਕਾਗਜ਼ ਨਾਲ ਬਣੀ ਪਰਚੀ ਨਾਲ ਪੈਂਦੇ ਅਸਨ ਵੋਟ ਲਿਸਟ ਵੀ ਹੁੰਦੀ ਸੀ ਤੇ ਵੋਟ ਪੋਲ ਵੀ ਹੁੰਦੀ ਸੀ ਹੁੰਦੀ ਕਿੱਥੇ ਸੀ ਸਿਟੀ ਜਾਂ ਮੁਹੰਮਦ ਥਾਣਿਆਂ ਦੇ ਵਿੱਚ ਵੋਟਰ ਥਾਣੇ ਜਾਂਦਾ ਤੇ ਅੱਗੋਂ ਕੋਈ ਸਰਕਾਰੀ ਮੁਲਾਜ਼ਮ ਖਾਸ ਤੌਰ ਤੇ ਬਰਤਾਨੀਆ ਹਕੂਮਤ ਦਾ ਸਿਪਾਈ ਖੜਾ ਹੁੰਦਾ ਜਿਸ ਕੋਲ ਵੋਟਰ ਲਿਸਟ ਹੁੰਦੀ ਉਹ ਵੋਟਰ ਦਾ ਨਾਂ ਵੇਖਦਾ ਤੇ ਕਲਮ ਦੇ ਨਾਲ ਵੋਟ ਨੰਬਰ ਲਿਖ ਕੇ ਦੇ ਦਿੰਦਾ ਨਾਲੀ ਉਮੀਦਵਾਰ ਦਾ ਨਾਂ ਵੀ ਪੜ੍ਹ ਕੇ ਸੁਣਾ ਦਿੰਦਾ ਜਦੋਂ ਵੋਟਰ ਅੰਦਰ ਜਾਂਦਾ ਤਾਂ ਅੱਗੇ ਇੱਕ ਸਰਕਾਰੀ ਮੁਲਾਜ਼ਮ برطانیا حکومت ਦਾ ਹੀ ਤੇ ਨਾਲ ਹੀ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਵੀ ਹੁੰਦੇ ਸਰਕਾਰੀ ਮੁਲਾਜ਼ਮ VOTER ਨੂੰ ਪੁੱਛਦਾ ਕਿ ਵੋਟ ਕਿਸ ਨੂੰ ਪਾਉਣੀ ਹੈ ਜਦੋਂ ਉਹ ਆਪਣੇ ਉਮੀਦਵਾਰ ਦਾ ਨਾਮ ਦੱਸ ਦਿੰਦਾ ਤਾਂ ਸਰਕਾਰੀ ਮੁਲਾਜ਼ਮ ਉਮੀਦਵਾਰ ਦਾ ਨਾਮ ਲਿਖ ਕੇ ਪਰਚੀ ਡੱਬੇ ਵਿੱਚ ਪਾ ਦਿੰਦਾ ਤੇ VOTER ਤੋਂ ਅੰਗੂਠਾ ਜਾਂ ਸਾਈਨ ਰਜਿਸਟਰ ਤੇ ਕਰਵਾ ਲੈਂਦਾ ਸੀ ਇਸ ਤਰ੍ਹਾਂ ਹੋ ਜਾਂਦੀ ਸੀ ਵੋਟ ਪੋਲ ਵੋਟਿੰਗ ਦਾ ਕੰਮ ਵੀ ਕੋਈ 2-4 ਦਿਨ ਵਿੱਚ ਨਹੀਂ ਸੀ ਨਿਪਟ ਜਾਂਦਾ तकरीबन 1 ਮਹੀਨਾ ਲੱਗਦਾ ਸੀ ਤੇ ਫਿਰ ਜ਼ਿਲ੍ਹਾ ਹੈੱਡਕੁਆਟਰ ਤੇ ਵੋਟਾਂ ਦੇ ਡੱਬੇ ਪਹੁੰਚਾਏ ਜਾਂਦੇ ਜਿੱਥੇ ਗਿਣਤੀ ਹੁੰਦੀ ਸੀ ਤੇ ਜੇਤੂ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਂਦਾ ਹੁਣ ਗੱਲ ਕਰਦੇ ਹਾਂ ਫਾਜ਼ਿਲਕਾ ਦੇ ਪਹਿਲੇ ਐਮਐਲਏ ਬਾਰੇ ਉਸ ਦਾ ਨਾਮ ਸੀ ਅਕਬਰ ਅਲੀ ਪੀਰ ਜਿਹੜੇ ਬੀਏ ਐਲਐਲਬੀ ਸਨ ਤੇ ਫਾਜ਼ਿਲਕਾ ਔਰ ਫਿਰੋਰਪੁਰ ਦੇ ਵਿੱਚ ਵਕਾਲਤ ਕਰਦੇ ਸਨ ਪਰ ਉਹ ਆਮ ਵਕਾਲਤ ਨਹੀਂ ਕਰਦੇ ਸਨ ਉਹ ਜ਼ਿਆਦਾਤਰ ਕੇਸ ਕ੍ਰਾਈਮ ਦੇ ਲੜਦੇ ਸਨ ਉਹਨਾਂ ਦਾ ਪਿੰਡ ਸੀ ਕਬਰਵਾਲਾ ਜਿਹੜਾ ਅੱਜਕੱਲ ਮਲੋਟ ਤਹਿਸੀਲ ਦਾ ਪਿੰਡ ਹੈ ਤੇ ਵਿਧਾਨ ਸਭਾ ਹਲਕਾ ਲੰਬੀ ਦੇ ਅੰਡਰ ਆਂਦਾ ਹੈ ਮਲੋਟ ਅਬੋਰ ਸੜਕ ਤੇ ਹੈ ਇਹ ਪਿੰਡ ਇਸ ਤੋਂ ਪਹਿਲਾਂ ਕਿ ਅਕਬਰ ਅਲੀ ਪੀਰ ਦੇ ਸਿਆਸੀ ਜੀਵਨ ਬਾਰੇ ਗੱਲ ਕਰੀਏ ਪਿੰਡ ਦੇ ਇਤਿਹਾਸ ਬਾਰੇ ਪੰਛੀ ਜਾਤ ਵੀ ਮਾਰ ਲਈਏ ਦਰਅਸਲ ਪਿੰਡ ਕਬਰਵਾਲਾ ਜਿਹੜਾ ਪਿੰਡ ਸਰਾਵਾ ਬੋਦਲਾ ਦੇ ਨਾਲ ਹੈ ਜੋ ਕਬਰਵਾਲਾ ਤੋਂ ਦੱਖਣ ਵੱਲ 2 ਕਿਲੋਮੀਟਰ ਦੂਰ ਹੈ ਸਰਾਵਾ ਬੋਦਲਾ ਤੋਂ ਅਰਨੀ ਵਾਲਾ ਤੋਂ ਅੱਗੇ ਤੇ ਮਲੋਟ ਦੇ ਨੇੜੇ ਹੈ ਸਰਾਵਾ ਬੋਦਲਾ ਦੇ ਬੋਦਲਾ ਮੁਸਲਮਾਨ ਜਗੀਰਦਾਰਾਂ ਦੇ ਪਰਪੋਤਿਆਂ ਨੇ ਆਬਾਦ ਕੀਤਾ ਸੀ ਇਹ ਪਿੰਡ ਇਸ ਜਗ੍ਹਾ ਵਾਲੇ ਪਾਸੇ ਜਿੱਥੇ ਇਹ ਪਿੰਡ ਵਸਿਆ ਇਸ ਦੇ ਇੱਕ ਪਾਸੇ ਕਬਰਾਂ ਦੀ ਜਗ੍ਹਾ ਸੀ ਜਿੱਥੇ ਪਿੰਡ ਆਬਾਦ ਕੀਤਾ ਗਿਆ ਕਬਰਾਂ ਹੋਣ ਕਰਕੇ ਇਸ ਪਿੰਡ ਨੂੰ ਨਾਂ ਦਿੱਤਾ ਗਿਆ ਕਬਰਵਾਲਾ ਇਤਿਹਾਸਕਾਰ ਡਾਕਟਰ ਕਿਰਪਾਲ ਸਿੰਘ ਤੇ ਡਾਕਟਰ ਹਰਿੰਦਰ ਕੌਰ ਦੀ ਲਿਖੀ ਹੋਈ ਕਿਤਾਬ ਪੰਜਾਬ ਦੇ ਪਿੰਡਾਂ ਦਾ ਨਾਮਾਗਨ ਤੇ ਇਤਿਹਾਸ ਜੇ ਉਸ ਤੇ ਨજર ਮਾਰੀਏ ਤਾਂ ਉਸ ਦੇ ਵਿੱਚ ਲਿਖਿਆ ਕਿ ਵੰਡ ਵੇਲੇ ਇਹ ਪਿੰਡ ਉਜੜ ਗਿਆ ਸੀ ਤੇ ਬਾਅਦ ਦੇ ਵਿੱਚ ਸਿੰਧ ਤੋਂ ਤੇ ਲਾਹੌਰ ਤੋਂ ਜਿਹੜੇ ਅੱਜ ਕੱਲ ਪਾਕਿਸਤਾਨ ਦੇ ਵਿੱਚ ਨੇ ਉੱਥੋਂ ਦੇ ਲੋਕਾਂ ਨੇ ਆ ਕੇ ਇਸ ਪਿੰਡ ਨੂੰ ਦੁਬਾਰਾ ਆਬਾਦ ਕੀਤਾ ਇਹਨਾਂ ਦੇ ਵਿੱਚ ਜਿਹੜੀ ਜ਼ਮੀਨ ਅਲਾਟ ਹੋਈ ਸੀ ਉਹ ਜ਼ਿਆਦਾਤਰ ਫੌਜੀਆਂ ਤੇ ਸਾਬਕਾ ਫੌਜੀਆਂ ਨੂੰ ਅਲਾਟ ਹੋਈ ਸੀ ਅੱਜ ਕੱਲ੍ਹ ਇਸ ਪਿੰਡ ਨੂੰ ਫੌਜੀਆਂ ਵਾਲਾ ਵੀ ਕਹਿੰਦੇ ਨੇ ਤੇ ਕਬਰ ਵਾਲਾ ਵੀ ਪਰ ਜ਼ਿਆਦਾਤਰ ਕਬਰ ਵਾਲਾ ਦੇ ਨਾਂ ਦੇ ਨਾਲ ਇਹ ਪਿੰਡ ਮਸ਼ਹੂਰ ਹੈ ਪਿੰਡ ਦੇ ਵਿੱਚ ਤਕਰੀਬਨ ਹਰ ਇੱਕ ਬਰਾਦਰੀ ਦੇ ਲੋਕ ਰਹਿੰਦੇ ਹਨ ਗੱਲ ਇਹ ਵੀ ਕਰ ਦਈਏ ਕਿ ਉਸ ਵਕਤ ਉਮੀਦਵਾਰ ਆਪਣੇ ਸਮਰਥਕਾਂ ਦੇ ਨਾਲ ਵੋਟਾਂ ਮੰਗਣ ਲਈ ਕਿਵੇਂ ਜਾਂਦੇ ਸਨ ਅੱਜ ਕੱਲ ਤਾਂ ਗੱਡੀਆਂ ਦੇ ਵੱਡੇ ਵੱਡੇ ਕਾਫਲੇ ਲੈ ਕੇ ਵੋਟਾਂ ਮੰਗਣ ਲਈ ਜਾਂਦੇ ਨੇ ਉਸ ਵਕਤ ਤਾਂ ਵਹੀਕਲ ਵੀ ਨਹੀਂ ਸੀਗੇ ਤਾਂ ਫਿਰ ਕਿਵੇਂ ਜਾਂਦੇ ਸੀਗੇ ਵੋਟਾਂ ਮੰਗਣ ਦੇ ਲਈ ਉਹ ਵੋਟਾਂ ਮੰਗਣ ਦੇ ਲਈ ਗੱਡੀਆਂ ਤੇ ਕੋੜੀਆਂ ਤੇ ਤੇ ਤਾਂਗਿਆਂ ਤੇ ਕਾਫਲੇ ਬਣਾ ਕੇ ਵੋਟਾਂ ਮੰਗਣ ਦੇ ਲਈ ਜਾਂਦੇ ਸਨ ਕਈ ਕਈ ਦਿਨ ਤੱਕ ਉਹ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਵੋਟਰਾਂ ਨੂੰ ਵੋਟਾਂ ਦੀ اپੀਲ ਕਰਦੇ ਸਨ ਇਸ ਤਰ੍ਹਾਂ ਮੰਗਿਆ ਜਾਂਦੇ ਸਨ ਉਸ ਵਕਤ ਦੀਆਂ ਵੋਟਾਂ ਹੁਣ ਗੱਲ ਕਰਦੇ ਹਾਂ ਫਾਜ਼ਿਲਕਾ ਦੇ ਪਹਿਲੇ ਐਮਐਲਏ ਅਕਬਰ ਅਲੀ ਪੀਰ ਵੀ ਲੈਂਡਲੌਰ ਸੀਗੇ ਵਕੀਲ ਵੀ ਤੇ ਉਹਨਾਂ ਦੇ ਪਿਤਾ ਦਾ ਨਾਂ ਸੀ ਇਲਮਦੀਨ ਬੋਤਲਾ ਇਹਨਾਂ ਦੇ ਦਾਦਾ ਪਰਦਾਦਾ ਪਿੰਡ ਸਰਾਵਾ ਬੋਤਲਾ ਤੇ ਅਸਪਾਲਾ ਇਸ ਇਲਾਕੇ ਦੇ ਬਸਤੀ ਰਹਿੰਦੇ ਸਨ ਪੀਰ ਅਕਬਰ ਅਲੀ ਬੋਤਲਾ 1921 ਦੇ ਵਿੱਚ ਪੰਜਾਬ ਵਿਦਵਾਨ ਪਰਿਸ਼ਦ ਦੇ ਮੈਂਬਰ ਬਣੇ ਕਿੱਥੋਂ ਬਣੇ ਸੀ फिरोजपुर मोहम्मदन रूरल सीट तो ओह अठ जनवरी उन्नीस सौ इक्की तो लैके सताई अक्तूबर उन्नीस सौ तेई तक विधान परिषद के मैंबर रहे फिर इस तो उन्नीस सौ सताई विच फिरोजपुर मोहम्मदन रूरल सीट तो ओह पंजाब संसद के मैंबर बने उस तो बाद ओहो ਉੱਥੇ ਫਿਰ ਉਰਪਰ ਦੇ ਵਿੱਚ ਚੋਣਾ ਨਹੀਂ ਲੜੇ ਤੇ ਨਾ ਹੀ ਉਹਨਾਂ ਨੂੰ ਨਾਮਿਨੇਟ ਕੀਤਾ ਗਿਆ ਫਿਰ ਉਹ ਫਾਜ਼ਿਲਕਾ ਤੋਂ ਉਮੀਦਵਾਰ ਬਣ ਗਏ ਯੂਨੀਸਟ ਪਾਰਟੀ ਦੇ ਕਿਉਂਕਿ ਉਸ ਵਕਤ ਯੂਨੀਸਟ ਪਾਰਟੀ ਦਾ ਬਹੁਤ ਬੋਲਬਾਲਾ ਸੀ ਉਸ ਪਾਰਟੀ ਨੇ ਉਹਨਾਂ ਨੂੰ ਫਾਜ਼ਿਲਕਾ ਵਿਧਾਨ ਸਭਾ ਤੋਂ ਟਿਕਟ ਦਿੱਤੀ ਤੇ ਉਹਨਾਂ ਦੇ ਮੁਕਾਬਲੇ ਪਤੇ ਕੌਣ ਸਨ ਮੀਆਂ ਬਾਗਲੀ ਸੁਖੇਰਾ ਜਿਹੜੇ ਆਬੋਰ ਦੀ ਸੁਖੇਰਾ ਬਸਤੀ ਦੇ ਵਿੱਚ ਰਹਿੰਦੇ ਸਨ ਨਾਲ ਹੋਰ ਵੀ ਉਮੀਦਵਾਰ ਸੀਗੇ ਅਲਾਵਲ ਖਾਨ ਤੇ ਅਲੀ ਮੁਹੰਮਦ ਯਾਨੀ ਉਸ ਵਕਤ ਚਾਰ ਹੀ ਉਮੀਦਵਾਰ ਆਮਨੇ ਸਾਹਮਨੇ ਚੋਣ ਲੜੇ ਇਨਾਂ ਸਾਰਿਆਂ ਨੇ فاضਲ ਕਾਦੇ ਐਸ ਡੀ ਐਮ ਕੇ ਕੇ ਫੈਜ਼ احمد ਦੇ ਕੋਲ ਆਪਣੇ ਨਾਮ ਜੱਦ ਕੀ ਫਾਰਮ ਜਮ੍ਹਾਂ ਕਰਾਈ ਉਸ ਵਕਤ فاضਲ ਕਾ ਹਲਕੇ ਦੀਆਂ ਕੁੱਲ ਵੋਟਾਂ ਸੀ ਜਿਹੜੀਆਂ ਉਹ 94195 ਸਨ ਜਿਨ੍ਹਾਂ ਦੇ ਵਿੱਚੋਂ 83.11% ਵੋਟਾਂ ਪੋਲ ਹੋਈਆਂ ਜਿਨ੍ਹਾਂ ਵਿੱਚੋਂ ਬਾਗਲੀ ਸੁਖੇਰਾ ਨੂੰ 3819 ਵੋਟਾਂ ਮਿਲੀਆਂ ਤੇ ਅਕਬਰ ਅਲੀ ਪੀਰ ਨੂੰ 4057 ਵੋਟਾਂ ਇਸ ਤਰ੍ਹਾਂ 238 ਵੋਟਾਂ ਦੇ ਫਰਕ ਦੇ ਨਾਲ ਅਕਬਰ ਅਲੀ ਪੀਰ ਜੋਨਾ ਜਿੱਤ ਗਏ ਤੇ ਉਹ 5 ਅਪ੍ਰੈਲ 1937 ਨੂੰ ਫਾਜ਼ਿਲਕਾ ਦੇ ਐਮਐਲਏ ਬਣ ਗਏ ਉਸ ਵਕਤ ਕਿਸੇ ਹਿੰਸਾ ਦੇ ਕਾਰਨ ਇਹ ਕਾਰਜਕਾਲ ਵਧਾ ਦਿੱਤਾ ਗਿਆ ਤੇ ਫਿਰ ਉਹ 19 ਮਾਰਚ 1945 ਦੇ ਤੱਕ ਫਾਜ਼ਿਲਕਾ ਦੇ ਪਹਿਲੇ ਐਮਐਲਏ ਰਹੇ